ਬੋਡੀ ਪਾਰਟ ਪਿਆ ਵਾ ਜੀ, ਦੇਖੋ ਭਾਈ ਸਿਰ ਦਾ ਜੀ, ਸਾਨੂੰ ਉੱਤੋਂ ਦੀ ਕੀ ਕਿਹਾ ਜਾਂਦਾ ਜੀ, ਮਿੱਟੀ ਪਾ ਦੋ ਜੀ, ਮਿੱਟੀ ਪਾ ਦੋ ਕਹਿੰਦੇ ਇਹਦੇ ਉੱਤੇ ਦਿਲ ਦੀ ਬਾਜੀ, ਜਿਹੜੇ ਮੌਜੂਦ ਸੀਗੇ ਉਹਦੇ ਮੌਕੇ ਤੇ ਮਿੱਟੀ ਪਾ ਦੋ ਕਹਿੰਦੇ, ਇਤਲਾਹ ਨੀ ਦਿੱਤੀ ਵੀ ਹਾਂ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਜਾਂ ਕੁਛ ਹੋ ਗਿਆ। ਅਸੀਂ ਤਾਂ ਕਹਿੰਦੇ ਜਿਹੜੇ ਪਹਿਲਾਂ 'ਚ ਜਿਹਨਾਂ ਨੇ ਬੁਲਾਇਆ ਸੀਗਾ ਉਹਨਾਂ ਨੇ ਕਹਿੰਦੇ ਨੀ ਦੱਸਿਆ, ਉਹਨਾਂ ਤੇ ਕਾਰਵਾਈ ਕਹਿੰਦੇ ਨਹੀਂ, ਉਹਨਾਂ ਨੂੰ ਕਹਿੰਦੇ ਬੁਲਾਇਆ ਨਹੀਂ, ਨਹੀਂ ਮੁੰਡਾ ਆਇਆ ਕਿੱਥੇ ਸੀ? ਸਾਹਮਣੇ ਪਹਿਲਾਂ ਸਰ ਬਿਆਨ ਸਾਰੇ ਯਾਰ ਦੋਸਤ ਸਾਰੇ ਗੈਬ ਹੋ ਗਏ ਇੱਥੋਂ ਜੀ, ਸਾਰਾ ਸਾਰੀ ਫੈਮਿਲੀ ਗੈਬ ਹੋਈ ਹੋਈ ਸੀ ਜਦੋਂ ਅਸੀਂ ਤੇ ਅਧਿਕਾਰੀ ਕੀ ਕਹਿ ਰਹੇ ਆ? ਅਧਿਕਾਰੀ ਬਸ ਇਹੀ ਕਹਿ ਰਹੇ ਆ ਟਾਈਮ ਦੇ ਰਹੇ ਆ, ਇੱਕ ਵਜੇ ਦਾ ਦੇ ਦਿਓ, ਇੱਕ ਵਜੇ ਦਾ ਦੇ ਦਿਓ, ਕੱਲ੍ਹ ਕਹਿ ਰਹੇ ਹੋ ਜੀ। ਹਜੇ ਤੱਕ ਕੋਈ ਨਾ ਵੱਡਾ ਅਧਿਕਾਰੀ ਪੁਲਿਸ ਦਾ ਆਇਆ ਜੀ, ਨਾ ਕੋਈ ਜੀ ਸੁਖਪ੍ਰੀਤ ਪੁੱਤ, ਦਸਵੀਂ ਦੇ ਪੇਪਰ ਦਿੱਤੇ 600 ਦੇ ਵਿੱਚੋਂ 533 ਨੰਬਰ ਮੇਰੇ ਪੁੱਤ ਦੇ ਪੁੱਤ, ਮੈਂ ਕੀ ਕਹੂੰ ਆਪਣੀ ਕੁੜੀ ਨੂੰ, ਮੈਂ ਕੀ ਕਹੂੰ ਆਪਣੀ ਕੁੜੀ ਨੂੰ, ਹੇ ਸੁੱਚਿਆ ਕਿੱਥੇ ਤੂੰ ਥਾਂ ਲੈ ਲਿਆ, ਮੈਂ ਤਾਂ ਉਹਦੀ ਨਾਨੀ ਆ, ਮੈਂ ਤਾਂ ਉਹਦੀ ਨਾਨੀ ਆ, ਮੇਰੇ ਪੁੱਤ ਦਾ ਮੇਰੇ ਦੋਦੇ ਦਾ ਸਿਰ ਕਰ ਪਿਆ ਦਾੜ ਹਸਪਤਾਲ ਵਾ, ਉਹ ਮੈਂ ਕੀ ਕਰਾਂ, ਉਹ ਵਿਚੋਲੇ ਦੇ ਵਿੱਚ ਪਿਆ ਸਿਰ ਮੇਰੇ ਪੁੱਤ ਦਾ, ਸਾਡੇ ਘਰੇ ਪਿਆ ਮੁੰਡੇ ਦਾ, ਸਾਨੂੰ ਕੱਲ ਕਹਿੰਦੇ ਇੱਥੇ ਦੱਬ ਜਾਓ, ਤੁਹਾਡਾ ਮਰ ਜਾਊਗਾ, ਤੁਸੀਂ ਇੱਥੇ ਦੱਬ ਦਿਓ, ਤੁਹਾਡੇ ਮਰੂਗੇ ਤਾਂ ਏਦਾਂ ਪੋਠੀ ਪੋਠੀ ਚੱਕੀ ਦਬਦਾ ਚੁੱਕਣ ਲੱਗੇ, ਹਲਦੀ ਪੈਰ ਹੋਏ ਪਏ ਪੁੱਤ ਮੇਰੇ ਦੇ, ਆਏ ਮੇਰੇ ਦੋਤੇ ਦੇ। ਭਾਜੀ ਮੇਰਾ ਨਾਂ ਜਸਬੀਰ ਸਿੰਘ ਹੈ ਜੀ, ਅੱਜ ਤੁਸੀਂ ਧਰਨਾ ਲਾਇਆ ਭਾਜੀ, ਮੁੰਡੇ ਮੇਰੇ ਦੀ ਰਾਤ ਡੈਥ ਹੋ ਗਈ ਇੱਥੇ, ਅਸੀਂ ਰਾਤ ਦੇ ਇਹਨਾਂ ਦੇ ਮਗਰ ਭੱਜੇ ਹੋਏ ਹਾਂ। ਸੁਖਪ੍ਰੀਤ ਸਿੰਘ ਜੀ 18 ਸਾਲ ਦੀ ਉਮਰ ਸੀ ਉਹਦੀ ਜੀ, ਅਤੇ ਇੱਥੇ ਵਿਆਹ 'ਤੇ ਆਇਆ ਸੀ ਸਾਹਮਣੇ ਪੈਲਸ 'ਚ, ਜੇ ਇੱਥੇ ਵਿਆਹ 'ਤੇ ਪੈਲਸਾਂ ਦੀ ਪਰਮਿਸ਼ਨ ਦਿੰਦੇ ਆ, ਇੱਥੇ ਡਿਊਟੀ 'ਤੇ ਗੱਡੀਆਂ ਖੜੀਆਂ, ਮਗਰ ਐਕਸੀਡੈਂਟ ਹੋਇਆ, ਗੱਡੀ ਦੇ ਮਗਰ ਕੋਈ ਗਿਆ ਕਿਉਂ ਨਹੀਂ, ਗੱਡੀ ਇੱਥੇ ਮੌਕੇ 'ਤੇ ਖੜੀ ਸੀ, ਸਾਡੇ ਕੋਲ ਵੀਡੀਓ ਪਈ ਆ, ਉਹ ਵੀ ਵੀਡੀਓ ਵੀ ਦੇਵਾਂਗੇ ਸਾਰਿਆਂ ਸਾਹਮਣੇ ਤੁਹਾਨੂੰ, ਵੀ ਆਹ ਗਈ ਅੱਗੇ ਵੀ ਗੱਡੀ ਖੜੀ ਸੀ, ਗੱਡੀ ਪਕੜ 'ਚ ਕਦੇ ਨਹੀਂ ਆਈ ਅਜੇ ਤੱਕ ਇਹਨਾਂ ਦੇ। ਇੱਕ ਤਾਂ ਭਾਈ ਰਿਕੁਐਸਟ, ਹਾਂਜੀ ਅਜੇ ਤੱਕ ਨੰਬਰ ਤੱਕ ਨਹੀਂ ਟਰੇਸ ਹੋਇਆ ਨਾ ਗੱਡੀ ਟਰੇਸ ਹੋਈ ਆ,
ਅਸੀਂ ਕਹਿੰਦੇ ਸਾਨੂੰ ਇਨਸਾਫ਼ ਮਿਲੇ। ਜਮਾਲਪੁਰ ਤੋਂ ਲੈਫਟ ਹੋਈ ਹੈ, ਜਿਹੜੇ ਕੈਮਰੇ ਚ ਨੰਬਰ ਕਲੀਅਰ ਆਊਗਾ ਅਸੀਂ ਬਾਏ ਨੇਮ ਟਿੱਪਰ ਡਰਾਈਵਰ ਤੇ ਟਿੱਪਰ ਮਾਲ ਤੇ ਪਰਚਾ ਦੇਣਗੇ, ਨੰਬਰ ਕਲੀਅਰ ਹੋ ਜਾਏ ਬਸ। ਨਹੀਂ ਇਹਨਾਂ ਨੂੰ ਸਾਨੂੰ ਇਨਸ਼ਾਨਸ ਦੇ ਦਈਏ, ਅਸੀਂ 2 ਵਜੇ ਤੱਕ ਦਾ ਟਾਈਮ ਲੈ ਲਿਆ ਇਹਨਾਂ ਤੋਂ, ਅਸੀਂ ਇਹਨਾਂ ਨੂੰ ਗੱਡੀ ਟਰੇਸ ਕਰਕੇ ਰਾਤ ਤੋਂ ਰਾਤ ਦੇ ਦਾਂਗੇ। ਉਹ ਮੈਂ ਚੇਂਜ ਕਰ ਦਿੰਦਾ ਕਿਉਂਕਿ ਆਈਓ ਵੀ ਰਾਤ ਦਾ ਹੀ ਇਹਨਾਂ ਨਾਲ ਘੁੰਮ ਰਿਹਾ, ਕੋਈ ਹੋ ਗਈ ਹੋਣੀ ਉੱਪਰ ਥੱਲੇ ਗੱਲ, ਉਸ ਚੀਜ਼ ਵਿੱਚ ਮੈਂ ਹੈਗਾ ਜ਼ਿੰਮੇਵਾਰ, ਮੈਂ ਇੰਸ਼ੋਰੈਂਸ ਦਿੰਦਾ ਵੀ ਮੈਂ ਨੰਬਰ ਟਰੇਸ ਕਰਕੇ ਦੇ ਦੂੰ। ਤੁਸੀਂ SHO ਸਾਹਿਬ ਸਿਰਫ ਤੁਹਾਡੇ ਤੋਂ ਇਹੀ ਦਰਖਾਸਤ ਆ ਕਿ ਤੁਸੀਂ ਸਾਨੂੰ ਇਨਸਾਫ਼ ਦਿਓਗੇ 100% ਜੀ। ਇਹ ਬੈਠੇ ਜੀ, ਇਹਨਾਂ ਨੂੰ ਮੈਂ ਇੰਸ਼ੋਰੈਂਸ ਦਿੱਤੀ, ਇਹ ਚੱਕ ਰਹੇ ਤੁਹਾਨੂੰ। ਸਰ ਤੁਸੀਂ ਸਾਨੂੰ ਇੱਕ ਟਾਈਮ ਦਿਓ। ਭਾਅ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ। ਹਾਂਜੀ ਭਾਅ ਜੀ, ਤੁਸੀਂ ਕੀ ਕਹਿਣਾ ਚਾਹੁੰਦੇ? ਅਸੀਂ ਭਾਅ ਜੀ SHO ਸਾਹਿਬ ਦੇ ਕਹੇ ਦੇ ਅਨੁਸਾਰ ਚੱਲ ਰਹੇ ਸੀਗੇ ਕਿ ਉਹ ਕਹਿੰਦੇ ਵੇਟ ਕਰੋ, ਅਸੀਂ ਤੁਹਾਨੂੰ ਟਾਈਮ ਦਿੰਦੇ ਹਾਂ ਉਦੋਂ ਤੱਕ ਇਨਸਾਫ਼ ਦੇ ਦਾਂਗੇ। ਅਸੀਂ ਬੈਠੇ ਸੀ, ਉਹ ਕਹਿੰਦੇ ਮੰਗਲਦਾਸ ਗਿਆ ਹੋਇਆ ਫੁਟੇਜ ਲੈਣ, ਉਹ ਫੁਟੇਜ ਲਿਆ ਕੇ ਕਹਿੰਦਾ ਸਾਡੇ ਇੱਕ ਬੰਦੇ ਨੂੰ ਧੱਕਾ ਮਾਰ, ਹਾਂ ਤੂੰ ਕੌਣ ਹੁੰਦਾ, ਪਹਿਲੀ ਗੱਲ ਤੂੰ ਦਾ ਮਤਲਬ ਕੀ ਹੁੰਦਾ। ਫਿਰ ਉਸ ਤੋਂ ਬਾਅਦ ਉਹ ਗਾਲਾਂ ਕੱਢੀਆਂ ਜਾਂਦੀਆਂ, ਗਾਲਾਂ ਮੈਂ ਭਾਅ ਜੀ ਮੈਂ ਕੱਲ੍ਹ ਨਹੀਂ ਸੀ ਨਾ ਸਵੇਰੇ ਸੀ, ਮੈਂ ਹੁਣ ਆਇਆ। ਉਸ ਤੋਂ ਬਾਅਦ ਮੰਗਲਦਾਸ ਨੇ ਪਹਿਲਾਂ ਤਾਂ ਸਾਡਾ IO ਚੇਂਜ ਕੀਤਾ ਜਾਵੇ ਕਿਉਂਕਿ SHO ਸਾਹਿਬ ਠੀਕ ਕਰ ਰਹੇ ਆ, ਗੱਲ ਸੁਣ ਰਹੇ ਆ, ਪਰ ਮੰਗਲਦਾਸ ਤੂੰ ਤਲਾਕ ਕਰਦਾ, ਉਸ ਤੋਂ ਕਹਿੰਦਾ ਮੈਂ ਸਵੇਰ ਦੇ ਧੱਕੇ ਖਾ ਰਿਹਾ, ਸਾਡੇ ਲਈ ਥੋੜ੍ਹੀ ਧੱਕੇ ਖਾ ਰਿਹਾ, ਉਹਦੀ ਡਿਊਟੀ ਆ ਭਾਅ ਜੀ। ਅਤੇ ਉਸ ਤੋਂ ਬਾਅਦ ਅਸੀਂ ਕਿਹਾ ਸੀ ਫਿਰ ਚੰਡੀਗੜ੍ਹ ਰੋਡ ਜਾਮ ਕਰਾਂਗੇ, ਫਿਰ ਅਸੀਂ ਇੱਥੇ ਆ ਕੇ ਬੈਠੇ ਹਾਂ। SHO ਸਾਹਿਬ ਐਗਰੀ ਹੈਗੇ ਨੇ ਪਹਿਲੇ ਤਾਂ ਸਾਡਾ IO ਚੇਂਜ ਕਰਨ, ਉਸ ਤੋਂ ਬਾਅਦ ਸਾਨੂੰ ਜੋ ਟਾਈਮ ਦਿੱਤਾ ਮੀਡੀਆ ਸਾਡੇ ਮੀਡੀਆ ਸਾਹਮਣੇ ਸਾਨੂੰ ਟਾਈਮ ਦਿੱਤਾ ਜਾਵੇ, ਅਸੀਂ ਇੱਥੋਂ ਹੁਣੇ ਧਰਨਾ ਚੱਕ ਦਾਂਗੇ। ਅਸੀਂ SHO ਸਾਹਿਬ ਨਾਲ ਐਗਰੀ ਹਾਂ, ਉਹ ਸਾਡੀ ਗੱਲ ਸੁਣ ਰਹੇ ਆ, ਪਰ IO ਨਹੀਂ ਸੁਣ ਰਿਹਾ ਸੀ, ਉਹ ਪੁੱਠਾ ਸਿੱਧਾ ਬੋਲ ਰਿਹਾ ਸੀ। ਬਾਕੀ ਜੋ SHO ਸਾਹਿਬ ਸਾਨੂੰ ਮੀਡੀਆ ਸਾਹਮਣੇ ਜੇ ਕਹਿਣਗੇ ਕਿ ਹਾਂ ਇੰਨੇ ਵਜੇ ਦਾ ਟਾਈਮ ਸੀ, ਉਦੋਂ ਤੱਕ ਕੁਛ ਨਹੀਂ ਕਹਿੰਦੇ, ਜੇ ਉਸ ਤੋਂ ਬਾਅਦ ਘੰਟੇ 2 ਘੰਟੇ ਬਾਅਦ ਫਿਰ ਅਸੀਂ ਸਹਿਮਤ ਆ, ਕਾਰਵਾਈ ਕਰੀਏ ਕਹਿ ਰਹੇ ਤੁਸੀਂ 2 ਵਜੇ ਤੱਕ ਦਾ ਟਾਈਮ ਰਿਹਾ, ਅਸੀਂ ਤੁਹਾਨੂੰ 3 ਵਜੇ ਦਾ 1 ਘੰਟਾ ਫਾਲਤੂ ਦਿੱਤਾ, ਪਰ ਜੇ 3 ਵਜੇ ਤੋਂ ਬਾਅਦ ਨਹੀਂ ਹੋਇਆ ਫਿਰ ਇਹੀ ਜਾਮ ਹੋਊਗਾ। ਇਹ ਚੌਂਕ ਨਹੀਂ ਇਕੱਲਾ ਜਮਾਲਪੁਰ ਪੁਲਿਸ ਕਲੋਨੀ ਸਮਰਾਲਾ ਚੌਂਕ, 4-5 ਚੌਂਕ ਬੰਦ ਕਰਕੇ ਜਾਣਗੇ, ਸਾਰੇ ਚੌਂਕ ਬੰਦ ਕਰਾਂਗੇ। ਸਾਨੂੰ ਇਨਸਾਫ਼ ਸਾਡੇ ਇਹ ਵੀ ਦੱਸ ਦੇਣਾ ਚਾਹੁੰਦਾ, ਸਾਡੇ ਇੱਕ MLA ਸਾਹਿਬ ਨੇ ਫੋਨ ਕਰਿਆ ਤਾਂ ਜਾ ਕੇ ਕੰਮ ਸ਼ੁਰੂ ਹੋਇਆ, ਨਹੀਂ ਤਾਂ ਪਹਿਲਾਂ ਸਾਡੀ ਸੁਣਵਾਈ ਵੀ ਨਹੀਂ ਹੋ ਰਹੀ। ਉਸ ਤੋਂ ਬਾਅਦ ਹੁਣ SHO ਸਾਹਿਬ ਇੱਥੇ ਆਏ ਨੇ ਕਿਉਂਕਿ ਅਸੀਂ ਥਾਣੇ 'ਚ ਕਹਿ ਕੇ ਆਏ ਅਸੀਂ ਜਾਮ ਕਰਨ ਜਾ ਰਹੇ ਹਾਂ ਕਿਉਂਕਿ ਮੰਗਲਦਾਸ ਪੁੱਠਾ ਸਿੱਧਾ ਬੋਲ ਰਿਹਾ ਸੀ। ਉਸ ਚੀਜ਼ ਦਾ ਵੀ ਇਨਸਾਫ਼ ਅਸੀਂ ਬਾਅਦ 'ਚ ਲਵਾਂਗੇ। ਮੈਂ ਜੱਗੂ ਭਾਈ ਨੂੰ ਇਹ ਪੱਕੀ ਗਰੰਟੀ ਦਿੰਦਾ ਕਿ ਉਹ ਜਿਹੜਾ ਇੰਸਪੈਕਟਰ ਸੀ ਉਹਨੂੰ ਵੀ ਆਪਾਂ ਪਹਿਲੇ ਆਪਾਂ ਪਰਚਾ ਦਰਜ ਕਰਾ ਲਈਏ, ਉਹਦੇ 'ਤੇ ਵੀ ਪਰਚਾ ਦਰਜ ਮੈਂ ਕਰਵਾਊਂਗਾ, ਉਹਦੀ ਜ਼ਿੰਮੇਵਾਰੀ ਵੀ ਮੇਰੀ ਹੈ। ਠੀਕ ਹੈ, ਹੁਣ ਜੱਗੂ ਭਾਈ ਤੁਸੀਂ